पटियाला दे सरहंद रोड ते देर रात एक बेहद भयानक हादसा वापरदा जिस दे विच तीन नौजवानों की मौत हो जाती है। तो दुख की गल यह है कि उन्हां तीन मृतक नौजवानों के विचों दो सके भरा ते इक उहदे चाचे का मुंडा सी जिन्हों की मौत हो चुकी है ते दो गंभीर रूप के जख्मी ने। मैं हादसे वाली जगह के उपर मौजूद हाँ तो थोनों तस्वीर दिखा दिए कि जिहड़ा हादसा सी ਉਹ ਕਿੰਨਾ ਭਿਆਨਕ ਸੀ ਕਿ ਟਰੈਕਟਰ ਤੇ ਕਾਰ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਹੈ ਜਿਸ ਨੂੰ ਇੱਕ ਮਜ਼ਬੂਤ ਮਸ਼ੀਨਰੀ ਮੰਨਿਆ ਜਾਂਦਾ ਹੈ ਉਹਦਾ ਕੀ ਹਾਲ ਹੋ ਗਿਆ ਕਿ ਉਹਦੇ ਦੋਨੋਂ ਜਿਹੜੇ ਟਾਇਰ ਨੇ ਉਹ ਅਲੱਗ ਹੋ ਚੁੱਕੇ ਨੇ ਟਰੈਕਟਰ ਪੂਰੀ ਤਰ੍ਹਾਂ ਦੇ ਨਾਲ ਖਿੰਡ ਗਿਆ ਯਾਨੀ ਕਿ ਦੋ ਹਿੱਸਿਆਂ ਦੇ ਵਿੱਚ ਇਹ ਜਿਹੜਾ ਟਰੈਕਟਰ ਹੈ ਉਹ ਵੰਡਿਆ ਗਿਆ ਟੁਕੜੇ ਹੋ ਗਏ ਨੇ ਟੋਟੇ ਹੋ ਗਏ ਨੇ ਦੂਜੇ ਪਾਸੇ ਉਹ ਕਾਰ ਦਿਖਾ ਦਈਏ ਇਸ ਕਾਰ ਦੀ ਹਾਲਤ ਇਹ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਇਆ ਹੋਊਗਾ ਜਿਸ ਦੇ ਵਿੱਚ ਜਿਹੜੇ ਦੋ ਸਕੇ ਭਰਾ ਨੇ ਉਹਨਾਂ ਦੀ ਮੌਤ ਹੋ ਗਈ ਹੈ ਰਘਵੀਰ ਅਤੇ ਰਸ਼ਪਾਲ ਅਤੇ ਇੱਕ ਉਹਦੇ ਚਾਚੇ ਦਾ ਮੁੰਡਾ ਹਰਮਨ ਨੌਜਵਾਨ ਸੀ ਮਿਹਨਤ ਕਰਕੇ JCB ਮਸ਼ੀਨ ਚਲਾ ਕੇ ਕੰਮ ਕਰਦੇ ਸੀ ਅਤੇ ਰਾਤ ਨੂੰ ਵੀ ਕੰਮ ਤੋਂ ਵਰਤ ਰਹੇ ਸੀ ਤੁਸੀਂ ਦੇਖੋ ਉਹਦੇ ਮਾਮਾ ਜੀ ਦਾ ਜਿਹੜਾ ਮੁੰਡਾ ਸਾਡੇ ਨਾਲ ਮੌਜੂਦ ਹੈ ਮੌਕੇ 'ਤੇ ਆਏ ਸੀ ਹਾਲਾਤ ਦੇਖ ਰਹੇ ਨੇ ਇਹ ਵੀ ਦੱਸਿਆ ਕਿ ਕੁਝ ਜਿਹੜੇ ਲੋਕ ਨੇ ਇਕੱਲੀ ਕਾਰ ਦੇਖ ਕੇ ਇਹਦੇ ਵਿੱਚੋਂ ਸਮਾਨ ਵੀ ਕੱਢ ਰਹੇ ਸੀ ਜਿਹਨੂੰ ਪਿੰਡ ਦੇ ਨੌਜਵਾਨਾਂ ਨੇ ਫੜ ਲਿਆ ਮੇਰੇ ਨਾਲ ਉਹਨਾਂ ਦੇ ਜਿਹੜੇ ਭਰਾ ਨੇ ਮਾਮੇ ਦਾ ਮੁੰਡਾ ਉਹਨਾਂ ਨਾਲ ਗੱਲ ਕਰ ਰਿਹਾ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਲਬਰ ਸਿੰਘ ਹੈ ਜੀ ਦਿਲਬਰ ਵੀਰ ਜੀ ਕਿਸ ਤਰ੍ਹਾਂ ਤੁਹਾਨੂੰ ਘਟਨਾ ਦਾ ਪਤਾ ਲੱਗਿਆ ਕਿੰਨੇ ਵਜੇ ਪਤਾ ਲੱਗਿਆ ਅਤੇ ਜਿਹੜੇ ਇਹ ਮੁੰਡੇ ਨੇਗੇ ਤਿੰਨੇ ਉਹਨਾਂ ਦੇ ਬਾਰੇ ਵੀ ਦੱਸ ਦਿਓ ਇਹ ਮੇਰੇ ਮਾਮਾ ਜੀ ਦੇ ਮੁੰਡੇ ਸੀਗੇ ਤਿੰਨੇ ਜੀ ਜੀ ਅਤੇ ਚਾਰ ਜਣੇ ਸੀਗੇ ਦੋ ਜ਼ਖਮੀ ਗੰਭੀਰ ਆ ਉਹ ਤਿੰਨ ਦੀ ਡੈਥ ਹੋ ਗਈ ਹੈ ਜੀ ਇੱਕੋ ਗੱਡੀ 'ਚ ਸਵਾਰ ਸੀਗੇ ਜੀ ਹਾਂਜੀ ਅਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹਾਦਸੇ ਦਾ ਸਾਨੂੰ ਤਕਰੀਬਨ 12-1 ਵਜੇ ਰਾਤ ਨੂੰ ਪਤਾ ਲੱਗਾ ਤੁਸੀਂ ਮੌਕੇ 'ਤੇ ਆ ਗਏ ਨਹੀਂ ਅਸੀਂ ਫਿਰ ਲੇਟ ਆਏ ਸੀਗੇ ਅੱਛਾ ਪਿੰਡ ਦੂਰ ਹੋ ਤੁਹਾਡਾ ਸਾਡਾ ਦੂਰ ਰਾਏਪੁਰੇ ਸਾਈਡ ਪਿੰਡ ਹੈ ਸਾਡਾ ਅਤੇ ਆਏ ਹੋ ਪਰਿਵਾਰ 'ਚ ਹੋਰ ਕੌਣ ਕੌਣ ਹੈ ਦੋ ਤਾਂ ਸਕੇ ਭਰਾ ਹੋ ਗਏ ਦੋ ਸਕੇ ਭਰਾ ਜੀ ਅਤੇ ਇੱਕ ਉਹਨਾਂ ਦਾ ਛੋਟਾ ਭਰਾ ਹੈ ਅਤੇ ਬਾਕੀ ਉਹਨਾਂ ਦੇ ਘਰਦੇ ਨੇ ਮਾਤਾ ਜੀ ਉਹਨਾਂ ਦੀ ਘਰ ਵਾਲੀਆਂ ਦੋ ਮੈਰਿਡ ਸੀਗੇ ਦੋ ਬੱਚੇ ਛੋਟੇ ਛੋਟੇ ਜਿਹੇ ਬੱਚੇ ਉਹਨਾਂ ਦੇ ਅਤੇ ਅਸੀਂ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦਾ ਸੁਭਾਅ ਸੀ ਪਰਿਵਾਰ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਰ ਮੈਂ ਤਾਂ ਸਨੌਰ ਤੋਂ ਹਾਂ ਮੇਰਾ ਪਿੰਡ ਸਨੌਰ ਤੋਂ ਅਤੇ ਸਾਨੂੰ ਰਾਤੀ ਕੋਲ ਗਈ ਸੀਗੀ ਵੀ ਇਸ ਤਰ੍ਹਾਂ ਕਰਕੇ ਦੁਰਘਟਨਾ ਵਰਤ ਗਈ ਅਤੇ ਤੁਸੀਂ ਆਓ ਅਤੇ ਅਸੀਂ ਹੁਣ ਆ ਕੇ ਦੇਖਿਆ ਜੀ ਅਤੇ ਬਹੁਤ ਹੀ ਜ਼ਿਆਦਾ ਮਨ ਭਾਉਂਦੀ ਖਬਰ ਹੈ ਹਾਂਜੀ ਬਹੁਤ ਜ਼ਿਆਦਾ ਸਰ ਦੁੱਖਾਂ ਦਾ ਪਹਾੜ ਇਸ ਪੂਰੇ ਪਰਿਵਾਰ ਦੇ ਉੱਪਰ ਟੁੱਟਿਆ ਜਿਸ ਦੇ ਵਿੱਚ ਤਿੰਨ ਨੌਜਵਾਨ ਇੱਕੋ ਆਪਾਂ ਕਹਿ ਸਕਦੇ ਹਾਂ ਪਰਿਵਾਰ ਦੇ ਵਿੱਚੋਂ ਸੀਗੇ ਦੋ ਸਕੇ ਭਰਾ ਸੀ ਅਤੇ ਇੱਕ ਉਹਨਾਂ ਦਾ ਚਚੇਰਾ ਭਰਾ ਤੁਹਾਨੂੰ ਮੈਂ ਇੱਕ ਵਾਰੀ ਉਹ ਜਿਹੜੇ ਹਾਲਾਤ ਨੇ ਉਹ ਵੀ ਦਿਖਾ ਦਿਆਂ ਕਿ ਇਹ ਜਿਹੜੀ ਟਰਾਲੀ ਹੈ ਜਿਸ ਦੇ ਨਾਲ ਇਸ ਕਾਰ ਦੀ ਟੱਕਰ ਹੁੰਦੀ ਹੈ ਉਹ ਸਾਈਡ 'ਤੇ ਚਲੀ ਗਈ ਹੈ ਜਦੋਂ ਕਾਰ ਦੀ ਟੱਕਰ ਵੱਜਦੀ ਹੈ ਅਤੇ ਦੂਜੇ ਪਾਸੇ ਅੱਗੇ ਤੁਹਾਨੂੰ ਦਿਖਾ ਦਈਏ ਕਿ ਉਹ ਜਿਹੜਾ ਟਰੱਲ ਹੈ ਉਹ ਇਸ ਹਾਦਸੇ ਦੇ ਦੌਰਾਨ ਇੱਕਦਮ ਬਚਣ ਦੀ ਕੋਸ਼ਿਸ਼ ਕਰਦਾ ਜਦੋਂ ਟਰਾਲੀ ਅਤੇ ਕਾਰ ਦੀ ਟੱਕਰ ਹੁੰਦੀ ਹੈ ਯਾਨੀ ਕਿ ਬਹੁਤ ਜ਼ਿਆਦਾ ਜਿਹੜਾ ਸਮਾਨ ਸੀਗਾ ਲੱਕੜ ਉਹ ਇਸ ਟਰਾਲੀ 'ਚ ਭਰੀ ਹੋਈ ਸੀ ਅਤੇ ਜਦੋਂ ਕਾਰ ਉਸ ਦੇ ਨਾਲ ਟਕਰਾਉਂਦੀ ਹੈ ਤਾਂ ਕਾਰ ਅਤੇ ਜਿਹੜਾ ਟਰੈਕਟਰ ਹੈ ਉਹਦੇ ਪਰਖੱਚੇ ਉੱਡ ਜਾਂਦੇ ਨੇ ਤੁਸੀਂ ਇੱਕ ਵਾਰੀ ਫਿਰ ਤਸਵੀਰਾਂ 'ਚ ਦੇਖ ਲਓ ਇਹ ਟਰੈਕਟਰ ਦਾ ਉੱਪਰਲਾ ਹਿੱਸਾ ਹੈ ਇੰਜਣ ਦੇ ਉੱਪਰ ਜਿਹੜਾ ਕਵਰ ਹੁੰਦਾ ਉਹ ਟੁੱਟ ਕੇ ਇਸ ਹਾਲਤ 'ਚ ਪਿਆ ਕਾਰ ਦੀਆਂ ਲਾਈਟਾਂ ਪਈਆਂ ਨੇ ਅਤੇ ਜਿਹੜਾ ਦੂਜਾ ਸਾਰਾ ਸਮਾਨ ਹੈ ਉਹ ਇੱਥੇ ਖਿੰਡਿਆ ਪਿਆ ਹਾਲਾਤ ਸਾਫ ਇਹਨਾਂ ਤਸਵੀਰਾਂ ਰਾਹੀਂ ਨਜ਼ਰ ਆ ਰਹੇ ਨੇ ਕਿ ਇਹ ਪੂਰਾ ਜਿਹੜਾ ਸਮਾਨ ਹੈ ਉਹ ਸੰਬੰਧ ਭਾਗੀ ਕਾਰ ਦਾ ਹੈ ਅਤੇ ਇਹ ਕਾਰ ਦਾ ਬੋਨਟ ਹੈ ਜਿਸ ਦੀ ਹਾਲਤ ਤੁਸੀਂ ਦੇਖ ਲਓ ਕਿ ਕਿੰਨੀ ਇਸ ਤਰ੍ਹਾਂ ਟੁੱਟੀ ਹੋਈ ਹੈ ਤਬਾਹ ਹੋ ਚੁੱਕੀ ਕਾਰ ਦੀ ਕਿ ਉਸ ਦੇ ਵਿੱਚ ਜਿਹੜੇ 5 ਨੌਜਵਾਨ ਸਵਾਰ ਸੀ ਉਹਨਾਂ ਦੇ ਵਿੱਚੋਂ 3 ਦੀ ਤਾਂ ਮੌਤ ਹੋ ਚੁੱਕੀ ਹੈ ਅਤੇ 2 ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਬੇਹੱਦ ਮੰਦਭਾਗੀ ਇੱਕ ਦਰਦਨਾਕ ਖਬਰ ਜਿਸ ਦੇ ਨਾਲ 3 ਘਰਾਂ ਦੇ ਜਿੱਥੇ ਚਿਰਾਗ ਬੁੱਝ ਗਏ ਨੇ ਉੱਥੇ 3 ਪਰਿਵਾਰਾਂ ਦੇ ਸਹਾਰੇ ਵੀ ਚਲੇ ਗਏ ਨੇ ਜਿਹੜੇ JCB ਦਾ ਕੰਮ ਕਰਦੇ ਸੀ ਅਤੇ ਰਾਤ ਨੂੰ ਕੰਮ ਤੋਂ ਵਾਪਸ ਜਾ ਰਹੇ ਸੀ ਆ ਰਹੇ ਸੀ ਇਹਦਾ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਕਿਉਂਕਿ ਕਾਰ ਦੇ ਵਿੱਚ ਜਿਹੜੇ ਸਵਾਰ 3 ਨੌਜਵਾਨ ਨੇ ਉਹਨਾਂ ਦੇ ਵਿੱਚੋਂ 3 ਦੀ ਮੌਤ ਅਤੇ 2 ਜ਼ਖਮੀ ਹੋ ਚੁੱਕੇ ਨੇ ਅਤੇ ਜਿਹੜਾ ਟਰੈਕਟਰ ਸਵਾਰ ਹੈ ਉਹ ਇਸ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ ਪਟਿਆਲਾ ਸਰਹੰਦ ਰੋਡ ਤੋਂ ਮਨੋਜ ਸ਼ਰਮਾ ਨਿਊਜ਼ 18 ਪੰਜਾਬ